ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋਅ। ਅੱਜ ਦੇ ਸੈਗਮੈਂਟ 'ਚ ਅਸੀਂ ਗੱਲਬਾਤ ਕਰਾਂਗੇ ਆਏ ਹੋਏ ਸਾਡੇ ਮਹਿਮਾਨ ਅਰਵਿੰਦਰ ਕਲਸੀ ਜੀ ਨਾਲ, ਜਿਹੜੇ ਕਿ ਇੱਕ ਨਾਮਵਰ ਡੈਟ ਕਾਊਂਸਲਰ ਨੇ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਬਹੁਤ ਚਰਚਾ ਚੱਲ ਰਹੀ ਹੈ ਅਤੇ ਖਾਸ ਤੌਰ 'ਤੇ ਕੈਨੇਡਾ ਵਿੱਚ। ਜਦੋਂ ਅਸੀਂ ਦੇਖਿਆ ਕਿ ਆਇਲ ਪ੍ਰਾਈਜ਼ ਵਿੱਚ ਕਮੀ ਆਈ ਤਾਂ ਇਹ ਆਸ ਕੀਤੀ ਜਾ ਰਹੀ ਸੀ ਕਿ ਇਕੋਨਮੀ ਵਿੱਚ ਕੁਛ ਡਿਫਰੈਂਸ ਵੇਖਿਆ ਜਾਏਗਾ, ਜਿਸ ਨਾਲ ਕਿ ਇਕੋਨਮੀ ਖਾਸ ਤੌਰ 'ਤੇ ਰੀਅਲ ਇਸਟੇਟ ਦੀ ਜਦੋਂ ਅਸੀਂ ਮਾਰਕੀਟ ਦੀ ਗੱਲ ਕਰਦੇ ਹਾਂ ਤਾਂ ਕੁਛ ਉੱਥੇ ਠਲਰਲਾ ਜੋ ਹੈ ਉਹ ਦੇਖਿਆ ਜਾਏਗਾ। ਲੇਕਿਨ ਲੱਗ ਨਹੀਂ ਰਿਹਾ, ਕੁਛ ਪਤਾ ਨਹੀਂ ਲੱਗ ਰਿਹਾ ਕਿਸ ਪਾਸੇ ਨੂੰ ਇਹ ਮਾਰਕੀਟ ਜਾ ਰਹੀ ਹੈ। ਉਸੇ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ ਅਰਵਿੰਦਰ ਕਲਸੀ ਜੀ ਤੋਂ। ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ ਵੈਰੀ ਮੱਚ ਜੀ, ਔਰ ਸਾਰੇ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਜਦਾਬ ਜੀ। ਜੀ ਆਇਆਂ ਨੂੰ ਜੀ। ਸੋ ਗੱਲਬਾਤ ਕਰੀਏ ਜੀ ਰੀਅਲ ਇਸਟੇਟ ਦੀ, ਕੁਛ ਪਤਾ ਨਹੀਂ ਲੱਗ ਰਿਹਾ। ਲਾਸਟ ਟਾਈਮ ਜਦੋਂ ਅਸੀਂ ਗੱਲਬਾਤ ਕੀਤੀ ਸੀ, ਅਸੀਂ ਕੌਂਡੋਜ਼ ਦੇ ਸੰਬੰਧ ਵਿੱਚ ਇਹ ਕਿਹਾ ਸੀ ਕਿ ਜੋ ਇਹ ਟੋਰੋਂਟੋ ਮਾਰਕੀਟ ਦੇਖ ਲਓ ਜਾਂ ਵੈਂਕੂਵਰ ਦੇਖ ਲਓ, ਇਹ ਬਹੁਤ ਜ਼ਿਆਦਾ ਸਾਡੇ ਕੋਲ ਸਰਪਲਸ ਪਿਆ ਹੋਇਆ ਅਤੇ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ, ਈਵਨ ਬੈਂਕਸ ਹੈਡ ਸਟਾਰਟਡ ਸੇਇੰਗ। ਬਿਲਕੁਲ। ਓਵਰਆਲ ਪਹਿਲਾਂ ਗੱਲ ਕਰ ਲਈਏ ਅਤੇ ਫਿਰ ਅਸੀਂ ਸਪੈਸੀਫਿਕ ਮਾਰਕੀਟਸ ਦੀ ਗੱਲ ਕਰਾਂਗੇ। ਓਵਰਆਲ ਕੈਨੇਡੀਅਨ ਮਾਰਕੀਟ ਦੇ ਵਿੱਚ ਰੀਅਲ ਇਸਟੇਟ ਦਾ ਕੀ ਹਾਲ ਹੈ? ਦੇਖੋ, ਰੀਅਲ ਇਸਟੇਟ ਦੇ ਵਿੱਚ ਇਸ ਵੇਲੇ ਭਾਵੇਂ ਅਸੀਂ ਮੰਨੀਏ ਜਾਂ ਨਾ ਮੰਨੀਏ, ਗਵਰਨਮੈਂਟਸ ਬੜੀਆਂ ਵਰੀਡ ਨੇ ਜੀ। ਈਵਨ ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਵੀ ਕਿਹਾ ਕਿ ਤੁਹਾਡੀ ਰੀਅਲ ਇਸਟੇਟ ਜਿਹੜੀ ਆ ਹੱਦੋਂ ਬਾਹਰ ਹੈ ਜੀ। ਹੱਦੋਂ ਬਾਹਰ ਤੋਂ ਭਾਵ ਕੀ ਹੈ ਕਿ ਇੱਕ ਡਾਲਰ ਦੀ ਚੀਜ਼ ਹੈ ਤੁਸੀਂ $10 ਚ ਵੇਚਦੇ ਪਏ, ਇਟਸ ਨੋਟ ਫੇਅਰ। ਕਿਉਂਕਿ ਜਿਹੜੀ ਐਪਰੀਸੀਏਸ਼ਨ ਹੁੰਦੀ ਹੈ ਨਾ, ਜੇ ਇਹਦੇ ਗ੍ਰੈਜੂਅਲ ਹੋਵੇ, ਰਿਅਲਿਸਟਿਕ ਹੋਵੇ ਕਿ $1 ਦੀ ਚੀਜ਼ $1.25 ਚ ਹੋ ਗਈ, ਇਟ ਲੁਕਸ ਨਾਈਸ। $1.50 ਦੀ ਵੀ ਹੋਵੇ ਤਾਂ ਵੀ ਠੀਕ ਹੈ, ਪਰ ਇੱਕ ਦੀ 10 ਨਹੀਂ ਹੋਣੀ ਚਾਹੀਦੀ। ਸੋ 10 ਦਾ ਮਤਲਬ ਹੈ ਹਰ ਚੀਜ਼ ਓਵਰ ਪ੍ਰਾਈਸਡ ਹੈ, ਇਹ ਫੇਕ ਹੈ। ਔਰ ਜੇ ਇਹ ਫੇਕ ਰਿਐਲਿਟੀ ਵੱਲ ਨੂੰ ਆਈ ਤੇ ਜਿਨ੍ਹਾਂ ਦੇ ਹੱਥ 'ਚ ਉਸ ਵੇਲੇ $10 ਦੀ ਚੀਜ਼ ਹੋਏਗੀ, ਉਹਨਾਂ ਨੇ ਇਕਦਮ ਥੱਲੇ ਆ ਜਾਣਾ। ਠੀਕ ਹੈ ਨਾ? ਸੋ ਇਹ ਹੈਗੀ ਜਿਹੜੀ ਲੇਮੈਨ ਲੈਂਗੁਏਜ ਦੀ ਗੱਲ ਹੈ ਜੀ। ਹੁਣ ਬੈਂਕਸ ਵਰੀਡ ਨੇ, ਰਾਇਲ ਬੈਂਕ ਲੈ ਲਓ, TD ਬੈਂਕ ਲੈ ਲਓ, ਸਾਰਿਆਂ ਨੇ, ਈਵਨ BMO ਨੇ ਕਿਹਾ ਕਿ ਨੋ, ਇਹ ਜੋ ਹੋ ਰਿਹਾ ਕੀ ਕਰੀਏ। ਪਰ ਦੂਸਰੇ ਬੰਨੇ ਪਿਛਲੇ 2 ਸਾਲ ਬੈਂਕਾਂ ਵਾਸਤੇ ਗੋਲਡਨ ਟਾਈਮ ਸੀ, ਰਾਈਟ? ਉਹਨਾਂ ਨੇ ਬੜਾ ਪੈਸਾ ਕਮਾਇਆ, ਕਮਾਏ ਤੋਂ ਭਾਵੇ ਕਿ ਇੰਨੀਆਂ ਮੌਰਗੇਜਾਂ ਵੰਡੀਆਂ, ਸਭ ਕੁਛ ਕੀਤਾ। ਹੁਣ ਉੱਧਰੋਂ ਇੱਕ ਬੰਨੇ 'ਤੇ ਜਿਹੜਾ ਬਾਇੰਗ ਰੇਟ ਹੈ ਬੈਂਕ ਦਾ ਆਪਣਾ 0.6 'ਤੇ ਆ ਗਿਆ ਜੀ। ਅਮੈਰੀਕਾ 'ਚ ਅੱਜ ਵੀ 0 'ਤੇ ਚੱਲ ਰਿਹਾ। ਠੀਕ ਹੈ, ਰਾਈਟ? ਹੁਣ 0.6 ਦਾ ਮਤਲਬ, ਹੁਣ ਦੇਖੋ ਪਿੱਛੇ ਕੀ ਹੋਇਆ, ਇੱਕ 0.25% ਉਹਨਾਂ ਨੇ ਬੇਸ ਪੁਆਇੰਟ ਛੱਡਤਾ, ਉਹਦੇ ਨਾਲ ਮੌਰਗੇਜ ਦੇ ਰੇਟ ਇੱਕਦਮ ਰਿਵਾਈਜ਼ ਹੋ ਗਏ ਜੀ। ਕਿੱਥੇ ਅਸੀਂ ਬੜੀ ਮੁਸ਼ਕਲ ਨਾਲ, ਇਹ ਅੱਜ ਜਿਮ ਫਲੈਰਟੀ ਨਹੀਂ ਹੈਗੇ, ਪਰ ਆਈ ਰੀਅਲੀ ਐਪਰੀਸ਼ੀਏਟ ਦੈਟ ਗਾਏ, ਕਿਉਂ ਉਹਨੇ ਕਿਹਾ ਸੀ ਇਹ ਗਲਤ ਹੈ, ਮੌਰਗੇਜ ਦੇ ਰੇਟ ਚੱਕੋ ਜੀ, ਤਾਂ ਕਿ ਲੋਕ ਨਾ ਫਸ ਨਾ ਜਾਣ, ਕਿਉਂਕਿ ਹਿਊਮਨ ਐਰਰ ਤਾਂ ਪੋਸੀਬਲ ਹੈ ਨਾ। ਜਿਵੇਂ ਅਸੀਂ ਅੱਗੇ ਗੱਲਾਂ ਕਰਨੇ ਹੁੰਦੇ ਗਰੀਡ ਦੀਆਂ, ਕਿਉਂਕਿ ਹਰ ਬੰਦਾ ਤਦੇ ਹੀ ਲੈਂਦਾ ਜੇ ਚੀਜ਼ ਉਹਨੂੰ ਲੱਗਦਾ ਕਿ ਲੈ ਲਓ ਇਸ ਵੇਲੇ ਟਾਈਮ ਹੈ ਜੀ। ਪਰ ਹੁਣ ਅੱਜ ਦੀ ਡੇਟ ਦੇ ਵਿੱਚ ਜੇ ਮੈਂ ਓਨਟੈਰੀਓ ਦੀ ਗੱਲ ਕਰਾਂ, ਜਿੰਨੇ ਪਹਿਲੇ ਪ੍ਰੋਜੈਕਟ ਸੀਗੇ ਉਨੇ ਨਹੀਂ ਹੈਗੇ ਮਾਰਕੀਟ 'ਚ, ਕੌਂਡੋ ਦੇ ਸਪੈਸ਼ਲੀ ਪ੍ਰੋਜੈਕਟ ਹੈਗੇ ਨੇ, ਇੱਕਾ ਦੁੱਕਾ ਹੁੰਦਾ ਹੈ, ਪਰ ਅੱਜ ਵੀ ਆਕਿਊਪੈਂਸੀ ਜਿਹੜੀ ਹੈ ਉੱਥੇ ਦੀ ਉੱਥੇ ਖੜੀ ਜਿੱਥੇ ਪਹਿਲਾਂ ਖੜੀ ਸੀ। ਬਹੁਤ ਸਾਰੇ ਲੋਕ ਫਸੇ ਬੈਠੇ ਨੇ, ਪਰ ਮਜਬੂਰੀ ਇਹ ਹੈ ਕਿ ਹੁਣ ਕੁਛ ਕਰ ਨਹੀਂ ਸਕਦੇ, ਰਾਈਟ? ਅੱਛਾ, ਜੇ ਉਹ ਵੇਚਣ ਜਾਂਦੇ ਨੇ, ਕੁਛ ਹੈ ਨਹੀਂ ਤੇ ਉਹਦੇ ਵਿੱਚ ਨਿਕਲਦਾ ਕੁਛ ਨਹੀਂ, ਐਕੁਇਟੀ ਕੋਈ ਨਹੀਂ ਨਿਕਲਦੀ, ਤੇ ਉਹਨਾਂ ਨੂੰ ਇਹੋ ਹੀ ਹੌਸਲਾ ਦਿੱਤਾ ਗਿਆ ਕਿ ਭਾਈ ਇਹਨੂੰ ਲੈ ਕੇ ਬੈਠੇ ਰਹੋ ਜੀ, ਕਦੀ ਚੰਗੇ ਦਿਨ ਆਉਣਗੇ। ਹੁਣ ਉਹ ਕਦੀ ਚੰਗੇ ਦਿਨ ਕੌਣ ਆਉਣਗੇ, ਨੋਬਰੀ ਨੋਸ, ਰਾਈਟ? ਸੋ ਇਸ ਵਜ੍ਹਾ ਕਰਕੇ ਬਾਕੀ ਦੂਸਰੇ ਬੰਨੇ ਜੇ ਹਾਊਸਿੰਗ ਨੂੰ ਚਲੇ ਜਾਈਏ, ਓਨਟੈਰੀਓ 'ਚ ਵੀ ਹੱਥ ਨਹੀਂ ਲੱਗਦਾ ਅੱਜ, ਰਾਈਟ? ਜਿਹੜਾ ਆਰਾਮ ਸਾਨੂੰ 5 ਲੱਖ ਦਾ ਅਵੇਲੇਬਲ ਸੀ, ਅੱਜ ਉਹ 8.5-9 ਤੋਂ ਸ਼ੁਰੂ ਹੋ ਰਿਹਾ। ਵਾਓ, ਠੀਕ ਹੈ। ਅਤੇ ਅੱਜ ਆਮ ਇੱਕ ਆਦਮੀ, ਇੱਕ ਟਰੱਕ ਡਰਾਈਵਰ ਮੈਂ ਕਿਉਂ ਕਿਹਾ, ਕਿਉਂਕਿ 4,000, 4,500, 5,000 ਉਹ ਮਹੀਨਾ ਬਣਾਉਂਦੇ ਨੇ।
ਉਹਨਾਂ ਦੀਆਂ ਵੀ ਅੱਖਾਂ ਜਿਹੜੀਆਂ ਅੱਜ ਲੱਗੀਆਂ ਨਾ, ਸਵਾ ਮਿਲੀਅਨ ਅਤੇ ਡੇਢ ਮਿਲੀਅਨ ਦੇ ਘਰ 'ਤੇ ਲੱਗੀਆਂ ਉੱਥੇ ਕਿ ਜੀ ਮੈਂ 25 ਮਿਲੀਅਨ ਦਾ ਘਰ ਲਿਆ, ਰਾਈਟ, ਕਿੰਨੇ ਡਾਊਨ ਦਿੱਤੇ ਜੀ, ਮੈਂ 20% ਡਾਊਨ ਦਿੱਤਾ, 25 ਮਿਲੀਅਨ 'ਤੇ ਮੈਂ ਦਿੱਤਾ ਸੀ, ਸਮਝੋ 2.5 ਲੱਖ ਹੀ ਦਿੱਤਾ ਨਾ, ਮੈਂ ਪੁਰਾਣਾ ਘਰ ਵੇਚ ਕੇ ਦੇ ਦਿੱਤਾ, ਰਾਈਟ, ਪਰ ਮੈਂ ਇਹ ਰਿਅਲਾਈਜ਼ ਨਹੀਂ ਕੀਤਾ ਕਿ ਮੈਂ 1 ਮਿਲੀਅਨ ਦੀ ਮੌੜ ਕੇ ਚੁੱਕ ਲਈ ਹੁਣ। ਅੱਜ ਭਾਵੇਂ ਮੇਰਾ ਜਿਹੜਾ ਵੇਰੀਏਬਲ ਇੰਟਰਸਟ ਰੇਟ ਚੱਲਦਾ ਪਿਆ ਹੈ ਉਹ ਮੈਨੂੰ 1.9 'ਤੇ ਵੀ 5 ਈਅਰਸ ਅਵੇਲੇਬਲ ਹੈ, ਠੀਕ ਹੈ, ਪਰ ਜੇ ਮੈਂ 1.9 'ਤੇ ਲੈ ਕੇ ਸੋਚਾਂ ਕਿ ਮਿਲੀਅਨ ਦੇ ਉੱਤੇ ਮੈਨੂੰ ਕੀ 2000 ਰੁਪਇਆ 2200 ਰੁਪਇਆ, ਉਹ ਨਹੀਂ ਗੱਲ ਹੈਗੀ। ਜਿੱਦਣ ਇਹ 4% ਹੋਇਆ ਉਦੋਂ 2 ਦੀ ਜਗ੍ਹਾ 4 ਹੋ ਜਾਣਾ, ਜੇ 4 ਹੋਇਆ ਕੀ ਮੇਰੇ ਕੋਲ ਪ੍ਰੋਵੀਜ਼ਨ ਹੈਗਾ ਉਹਦਾ, ਆਈ ਡੋਂਟ ਹੈਵ ਪ੍ਰੋਵੀਜ਼ਨ। ਔਰ ਇਸੇ ਪੁਆਇੰਟ ਨੂੰ ਲੈ ਕੇ ਅਸੀਂ ਦੇਖਦੇ ਹਾਂ, ਔਰ ਇੱਥੇ ਤੁਹਾਡੇ ਵੀ ਸੁਖਨਾ BC ਦੇ ਵਿੱਚ ਵੀ, ਇਟਸ ਅ ਬਿਊਟੀਫੁਲ BC ਪਰ ਪ੍ਰਾਈਸਿਸ ਆਰ ਸਕਾਈ ਰੋਕਟਿੰਗ, ਇਟਸ ਇੰਪੋਸੀਬਲ ਟੂ ਈਵਨ ਇਮੇਜਿਨ ਜਿੱਥੇ ਪ੍ਰਾਈਸਿਸ ਜਾਈ ਜਾ ਰਹੀ ਹੈ। ਸੋ ਇਸ ਵੇਲੇ ਭਾਵੇਂ ਕਿੰਨੇ ਕਿੰਨੇ ਇਕਨੋਮਿਸਟ ਸੀਗੇ, ਕਿੰਨੇ ਕਿੰਨੇ ਸਮਝਦਾਰ ਬੰਦੇ ਨੇ ਨਾ, ਉਹਨਾਂ ਦੀ ਕੋਈ ਕੈਲਕੂਲੇਸ਼ਨ ਨਹੀਂ ਚੱਲ ਰਹੀ, ਕਿਉਂਕਿ ਕੀ ਹੋ ਰਿਹਾ ਹੈ, ਇਟਸ ਜਸਟ ਅ ਸਪਰ ਆਫ ਟਾਈਮ ਕਿ ਲੋਕ ਮੋਟੀਵੇਟਡ ਨੇ ਔਰ ਕਹਿੰਦੇ ਨੇ ਸ਼ਾਇਦ ਇਹ ਗੱਡੀ ਸਾਡੇ ਇੱਥੋਂ ਨਿਕਲ ਜਾਏ। ਤੁਸੀਂ ਜਿਸ ਤਰ੍ਹਾਂ ਗਵਰਨਮੈਂਟ ਦੀ ਗੱਲ ਕੀਤੀ, ਗਵਰਨਮੈਂਟ ਨੇ ਜੋ ਇਨੀਸ਼ੀਏਟਿਵਸ ਜਿਮ ਫਲੋਹਰਟੀ ਨੇ ਲਏ ਸੀ ਕਿ ਮੋਰਗੇਜ ਰੇਟਸ ਨੂੰ ਕੰਟਰੋਲ ਕਰਨ ਵਾਸਤੇ, ਜਿਹੜਾ ਸਾਡਾ ਟਾਈਮ ਪੀਰੀਅਡ ਸੀ ਉਸਨੂੰ ਵੀ ਘਟਾਇਆ, ਉਸ ਤੋਂ ਇਲਾਵਾ ਹੋਰ ਕਾਫੀ ਕੁਝ ਸਟੈਪਸ ਲਏ, ਲੇਕਿਨ ਕੁਝ ਅਸਰ ਨਹੀਂ ਨਜ਼ਰ ਆਇਆ। ਹੋਰ ਤੁਸੀਂ ਕੀ ਸਮਝਦੇ ਹੋ, ਤੁਹਾਡੀ ਡੇਲੀ ਡੀਲਿੰਗਸ ਹੁੰਦੀਆਂ ਨੇ ਲੋਕਾਂ ਨਾਲ ਜਿਹੜੇ ਕਿ ਫਸੇ ਹੋਏ ਨੇ ਇਹਨਾਂ ਚੀਜ਼ਾਂ ਦੇ ਵਿੱਚ, ਵਾਟ ਡੂ ਯੂ ਫੀਲ, ਕੀ ਕਰਨ ਦੀ ਲੋੜ ਹੈ ਜਿਸ ਨਾਲ ਕਿ ਥੋੜ੍ਹੀ ਜਿਹੀ ਮਾਰਕੀਟ ਟੇਮ ਹੋ ਸਕੇਗੀ? ਦੇਖੋ, ਇਹ ਤਾਂ ਗਵਰਨਮੈਂਟ ਲੈਵਲ ਦੀ ਗੇਮ ਹੈ ਹੁਣ, ਕਿਉਂਕਿ ਦੇਖੋ ਆਮ ਅਸੀਂ ਲੈਵਲ 'ਤੇ ਜਾਈਏ ਅਸੀਂ ਤੁਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਸਿਗਨਲਸ ਆਉਂਦੇ ਨਾ ਗਵਰਨਮੈਂਟ ਵੱਲੋਂ ਜਾਂ ਬੈਂਕਾਂ ਵੱਲੋਂ, ਲੋਕ ਉਹਨੂੰ ਕੈਸ਼ ਕਰ ਰਹੇ ਹੈ। ਅੱਗੇ ਵਿੱਚ ਜੇ ਕੀ ਸੀਗੀਆਂ ਕਿ ਜਿਹੜੇ ਸੈਲਫ ਇੰਪਲੋਇਡ ਲੋਕ ਸੀ ਉਹਨਾਂ ਦੇ ਉੱਤੇ ਬੜੀਆਂ ਰਿਸਟ੍ਰਿਕਸ਼ਨ ਲਾਈਆਂ ਸੀ, ਰਾਈਟ, ਕਿ ਆਹ ਵੀ ਚਾਹੀਦਾ, ਇਹ ਵੀ ਚਾਹੀਦਾ, ਹੁਣ ਦੇਖਣਾ ਹੌਲੀ ਹੌਲੀ ਉਹ ਵੀ ਖਤਮ ਹੋ ਗਈਆਂ, ਰਾਈਟ, ਹੁਣ ਫਿਰ ਅਸੀਂ ਪੁਰਾਣੀ ਗੇਮ 'ਚ ਆ ਗਏ ਹਾਂ, ਕਿਉਂਕਿ ਬੈਂਕ ਜਿਹੜੇ ਉਹ ਆਪਣੀ ਜਗ੍ਹਾ ਗਰੀਡੀ ਹੈ ਕਿ ਕੀ ਹੋ ਰਿਹਾ ਜੀ। ਦੇਖੋ, ਜੇ ਤਾਂ ਤੁਸੀਂ 20-25% ਡਾਊਨ ਦੇ ਕੇ ਮੈਨੂੰ ਦੇ ਰਹੇ ਹੋ, ਮੈਂ ਬੈਂਕ ਹਾਂ, ਮੈਨੂੰ ਛੱਡੀ, ਕੱਲ੍ਹ ਪ੍ਰੋਪਰਟੀ ਦੀ ਚਾਬੀ ਮੇਰੇ ਉੱਤੇ ਟੇਬਲ 'ਤੇ ਆ ਵੀ ਜਾਏਗੀ, ਮੇਰੇ ਪੈਸੇ ਨਿਕਲ ਆਉਣਗੇ, ਠੀਕ। ਜਿੱਥੇ ਆ ਗਈ ਹੁਣ 5% CMAC ਆ ਗਈ, ਹੁਣ ਆਪਾਂ ਤੁਸੀਂ ਰੀਸੈਂਟਲੀ ਨੋਟ ਕੀਤਾ ਜਿਹੜਾ ਕਿ ਜੂਨ ਤੋਂ ਇਫੈਕਟਿਵ ਹੈ ਜੀ, ਕਿ ਅੱਗੇ ਜਿਹੜਾ 5% ਡਾਊਨ ਪੇਮੈਂਟ ਦੇਣ ਵਾਲਾ ਬੰਦਾ ਸੀ ਜਾਂ 10 ਤੋਂ ਥੱਲੇ ਸੀ ਉਹਦੇ ਉੱਤੇ 3.16% CMAC ਫੀਸ ਸੀ, ਰਾਈਟ। ਉਹਨਾਂ ਨੇ ਕੀ ਕੀਤਾ, ਹੁਣ 3.16 ਨੂੰ ਵਧਾ ਕੇ 3.6 ਤੇ ਕਰਤਾ, ਠੀਕ ਹੈ, 5.5% ਉੱਪਰ ਚਲੇ ਗਈ ਜੀ। ਹੁਣ ਉਹ 0.5% ਨਾਲ ਇੱਕ ਤਾਂ CMAC ਕੋ ਕੁਸ਼ਨ ਆ ਗਿਆ, ਠੀਕ ਹੈ, ਕੀ ਇਹਦੇ ਨਾਲ ਕੋਈ ਇਫੈਕਟ ਪੈਣਾ? ਕੋਈ ਨਹੀਂ ਫਰਕ ਪੈਣਾ। ਕਿਉਂ ਨਹੀਂ ਫਰਕ ਪੈਣਾ? ਪਹਿਲੀ ਗੱਲ, ਮੈਜੋਰਿਟੀ ਆਫ ਲੋਕਾਂ 'ਤੇ ਪਤਾ ਹੀ ਨਹੀਂ CMAC ਹੈ ਕੀ, ਰਾਈਟ। ਅੱਜ ਮੈਂ ਰੀਅਲ ਸਟੇਟ ਏਜੰਟ ਹੋਵਾਂ ਜਾਂ ਮੈਂ ਮੋਰਗੇਜ ਬ੍ਰੋਕਰ ਹੋਵਾਂ, ਮੈਂ ਆਪਣੇ ਕਲਾਇੰਟ ਨੂੰ ਕਦੀ ਨਹੀਂ ਦੱਸਦਾ ਕਿ ਭਾਈ CMAC ਫੀਸ ਇਹਦੇ 'ਤੇ ਹੈਗੀ ਹੈ, ਰਾਈਟ। ਵਜ੍ਹਾ ਕੀ ਹੈ ਕਿ ਤੁਸੀਂ ਅੱਗੇ ਹੀ ਮੇਰੇ ਕੋਲ ਆਏ, ਤੁਸੀਂ ਕਿਹਾ ਕਲਸੀ ਸਾਹਿਬ ਪੈਸੇ ਹੈ ਨਹੀਂ, ਮੈਂ ਕਹਿੰਦਾ ਫਿਕਰ ਹੀ ਨਾ ਕਰੋ, ਕ੍ਰੈਡਿਟ ਕਾਰਡ ਹੈ, ਅਜੇ ਲਾਈਨ ਆਫ ਕ੍ਰੈਡਿਟ ਹੈਗੀ ਹੈ, ਹੈਗੀ ਹੈ, ਚਲੋ ਆਪਾਂ ਉੱਥੋਂ ਚੁੱਕ ਲਾਂਗੇ। ਉੱਥੋਂ ਚੁੱਕ ਕੇ ਜਦੋਂ ਮੈਂ ਦਿੱਤੀ ਨਾ, ਇਹ ਹਿਊਮਨ ਨੇਚਰ ਹੈ ਜਿਹੜੀ ਮੈਂ ਗੱਲ ਕਰ ਰਿਹਾ ਜੀ, ਕਿ ਤੁਹਾਡਾ ਧਿਆਨ ਸਿਰਫ ਹੁਣ ਘਰ ਵੱਲ ਹੈ, ਫਾਈਨੈਂਸਿਸ ਵੱਲ ਨਹੀਂ ਹੈਗਾ ਕਿ ਹੁਣ ਕੀ ਰਿਹਾ, ਰਾਈਟ। ਹੁਣ ਉਹ ਜਿਹੜੀ CMAC ਦੀ ਫੀਸ ਹੈ ਜਿਹੜੀ 3.6% 'ਤੇ ਜਾਣੀ ਹੈ ਕੱਲ੍ਹ ਨੂੰ, ਉਹ ਤੁਹਾਡੀ ਮੋਰਗੇਜ ਦੇ ਵਿੱਚ ਬਲੈਂਡਡ ਹੈ, ਐਬਸੋਲੂਟਲੀ। ਜਦੋਂ ਤੁਸੀਂ 4 ਲੱਖ ਦੀ ਮੋਰਗੇਜ ਲਈ ਹੈ ਉਹਦੇ ਵਿੱਚ, ਉਹ ਜਦੋਂ ਤੁਸੀਂ ਸਾਈਨ ਕੀਤੇ 4,20,000 'ਤੇ ਸਾਈਨ ਕਰ ਰਹੇ, ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ ਔਰ ਨਾ ਹੀ ਤੁਹਾਨੂੰ ਕਿਸੇ ਨੇ ਸਮਝਾਇਆ ਜੀ, ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਵੀ ਮੈਂ $8,000-10,000 'ਤੇ ਸਿਰਫ ਇੰਸ਼ੋਰੈਂਸ ਦਿੱਤੀ ਹੈ ਦੀ, ਰਾਈਟ, CMAC ਦੀ ਫੀਸ ਦਿੱਤੀ ਹੈ। ਸੋ ਮਕਸਦ ਇਹ ਹੈ ਕਹਿਣ ਦਾ ਕਿ ਇਸ ਵੇਲੇ ਅਵੇਅਰਨੈਸ ਰੱਖਣੀ ਬਹੁਤ ਜ਼ਰੂਰੀ ਹੈ। ਵੀ ਸ਼ੁੱਡ ਆਲ ਐਸਕ ਕੁਐਸਚਨਸ ਟੂ ਆਰ ਮੋਰਗੇਜ ਬ੍ਰੋਕਰ, ਰਾਈਟ, ਵੀ ਸ਼ੁੱਡ ਆਲ ਐਸਕ ਕੁਐਸਚਨਸ ਟੂ ਆਰ ਰੀਅਲ ਸਟੇਟ ਏਜੰਟ, ਵੀ ਸ਼ੁੱਡ ਬਟ ਵੀ ਡੋਂਟ, ਬਿਕੋਜ਼ ਉਸ ਟਾਈਮ 'ਤੇ ਜਿਹੜੀ ਤੁਸੀਂ ਉਹ ਗੱਲ ਕੀਤੀ, ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਇਮੋਸ਼ਨਲ ਹੋ ਕੇ ਨਾ ਸੋਚਿਆ ਕਰੋ ਜਦੋਂ ਤੁਸੀਂ ਖਾਸ ਤੌਰ 'ਤੇ ਰੀਅਲ ਸਟੇਟ ਵਿੱਚ ਜਾ ਰਹੇ ਹੋ, ਲੇਕਿਨ ਉਸ ਟਾਈਮ 'ਤੇ ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਭੁੱਲ ਜਾਂਦੇ ਹਾਂ, ਕਿਉਂਕਿ ਸਾਨੂੰ ਲਾਲਚ ਹੁੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਲਈਏ ਜਿਹੜੀ ਕਿਸੇ ਹੋਰ ਨੇ ਵੀ ਸ਼ਾਇਦ ਲਈਏ, ਅਤੇ ਅਸੀਂ ਵੀ ਉਸਦਾ ਇੱਕ ਹਿੱਸਾ। ਐਬਸੋਲਿਊਟਲੀ, ਉਹੀ ਕਹਿੰਦੇ ਜੀ, ਇਹ ਤੁਹਾਡਾ ਧਿਆਨ ਸਿਰਫ ਘਰ ਵੱਲ ਹੈ, ਰਾਈਟ, ਤੁਸੀਂ ਬਾਹਰ
ਬਾਰ ਬਾਰ ਸੋਚਦੇ ਹੋ ਕਿ ਬੂਹਾ ਕਿਵੇਂ ਖੁੱਲੇਗਾ, ਆਪਾਂ ਬਾਰੀਆਂ ਦੇ ਉੱਤੇ ਕੀ ਕੁਛ ਲਗਾਵਾਂਗੇ, ਦੈਟਸ ਨੋਟ ਦੈਟ ਲਾਈਫ ਇਜ਼ ਵੈਰੀ ਡਿਫੀਕਲਟ ਦੇਅਰ ਐਬਸੋਲੂਟਲੀ ਇੱਕ ਹੋਰ ਜਿਹੜਾ ਨਵਾਂ ਟ੍ਰੈਂਡ ਖਾਸ ਤੌਰ 'ਤੇ ਅਸੀਂ ਵੈਨਕੂਵਰ ਵਿੱਚ ਦੇਖ ਰਹੇ ਹਾਂ ਕਿ ਹੁਣ ਜਿਸ ਤਰ੍ਹਾਂ ਨੇਬਰਸ ਨੇ, ਪਹਿਲਾਂ ਲੈਂਡ ਅਸੈਂਬਲੀ ਦੀ ਅਸੀਂ ਗੱਲ ਕਰਦੇ ਸੀ, ਹੁਣ ਨੇਬਰਸ ਜਿਹੜੇ ਨੇ ਰਲ ਕੇ ਆਪਣੀ ਪ੍ਰੋਪਰਟੀਜ਼ ਨੂੰ ਇਕੱਠਾ ਕਰਕੇ ਵੇਚ ਰਹੇ ਨੇ ਐਜ਼ ਪਾਰਸਲ, ਜਿਹਦੇ ਨਾਲ ਕਿ ਅੱਜ ਹੀ ਇੱਕ ਰਿਪੋਰਟ ਆਈ ਸੀ ਜਿਹਦੇ 'ਚ ਪੜ੍ਹ ਰਹੇ ਸੀ ਕਿ ਜੇਕਰ ਉਹਦੀ 2 ਮਿਲੀਅਨ ਦੀ ਪ੍ਰੋਪਰਟੀ ਦੀ ਵੈਲਿਊ ਹੈਗੀ ਸੀ, ਇਕੱਠੇ ਰਲ ਕੇ ਉਹਨਾਂ ਨੇ ਸਾਰਿਆਂ ਨੇ ਜਿਸ ਤਰ੍ਹਾਂ 7-8 ਪ੍ਰੋਪਰਟੀ ਸੀ 28 ਮਿਲੀਅਨ ਦੀ ਲਾਈਆਂ, ਯਾਨੀ ਕਿ 2 ਮਿਲੀਅਨ ਦੀ ਮਾਰਕੀਟ 'ਚੋਂ ਚੀਜ਼ ਵਿਕ ਰਹੀ ਹੈ, ਲੇਕਿਨ ਇਕੱਠੇ ਹੋ ਕੇ ਉਹਨਾਂ ਨੂੰ 4-4 ਮਿਲੀਅਨ ਤੱਕ ਲੈ ਗਏ, ਉਹ ਵੀ ਵਿਕ ਗਈਆਂ। ਸੋ ਪੀਪਲ ਆਰ ਜਸਟ ਬਾਇੰਗ ਇਟ, ਐਂਡ ਖਾਸ ਤੌਰ 'ਤੇ ਚਾਈਨਾ ਤੋਂ ਜਿਹੜਾ ਇਨਫਲਕਸ ਹੋ ਰਿਹਾ ਹੈ ਉਹ ਉਸ ਕਰਕੇ ਇਹ ਮਾਰਕੀਟ ਰੁਕੀ ਨਹੀਂ ਰਹੀ। ਦੇਖੋ ਹੁਣ ਜਿਹੜੀ ਤੁਸੀਂ ਇਹ ਗੱਲ ਕੀਤੀ, ਇਟਸ ਵੰਡਰਫੁਲ ਹੈ, ਪਿੱਛੇ ਜੇ ਮੈਂ ਵੀ ਪੜ੍ਹੀ ਰਿਪੋਰਟ ਜੀ ਕਿ ਸਮਥਿੰਗ ਸੋਲਡ ਫੋਰ 33.2 ਮਿਲੀਅਨ ਡਾਲਰਸ ਇਨ ਡਾਊਨਟਾਊਨ, ਓਕੇ। ਹੁਣ 33 ਮਿਲੀਅਨ ਦੀ ਜਿਹੜੀ ਚੀਜ਼ ਵਿਕੀ ਹੈ, ਹੁਣ ਤੁਸੀਂ ਇੱਕ ਲਫ਼ਜ਼ ਕਹਿ ਕੇ ਦਿਓ ਜਿਹੜੇ ਚਾਈਨੀਜ਼ ਆਏ ਨੇ, ਬਿਕੋਜ਼ ਦੇ ਆਰ ਆਲ ਬਿਜ਼ਨਸ ਮਾਈਂਡਡ ਪੀਪਲ। ਅੱਛਾ, ਦੂਸਰੇ ਬੰਨੇ ਜੇ 2 ਮਿਲੀਅਨ ਦਾ ਮੇਰਾ ਘਰ ਹੈ ਅਤੇ ਮੈਂ ਕੋਈ ਐਵੇਂ ਐਰਾ ਵਗੈਰਾ ਬੰਦਾ ਨਹੀਂ ਹੈ, ਓਬਵੀਅਸਲੀ ਮੇਰੇ ਕੋਲ ਮਾਇੰਡ ਵੀ ਹੈ, ਮੇਰੇ ਕੋਲ ਮਾਇਆ ਵੀ ਹੈ, ਸਭ ਕੁਛ ਹੈ। ਔਰ ਫਿਰ ਚਾਈਨੀਜ਼ ਕਮਿਊਨਿਟੀ 'ਤੇ ਖਾਸੀਅਤ ਹੈ, ਦੇ ਪੂਲ ਅਪ ਵੈਰੀ ਫਾਸਟ। ਹੁਣ ਮੈਂ ਵੀ ਚੀਨਾ, ਤੁਸੀਂ ਵੀ ਚੀਨੇ, ਅਸੀਂ ਸਾਰੇ ਇਕੱਠੇ ਹੋ ਗਏ, ਅਸੀਂ ਦੇਖਿਆ ਕਿ ਐਡਾ ਵੱਡਾ ਲੋਟ 'ਤੇ 1 ਏਕੜ ਦਾ ਲੋਟ ਹੀ ਨਹੀਂ ਕਿਤੇ ਅਵੇਲੇਬਲ, ਅਸੀਂ ਉਹਨੂੰ 1 ਏਕੜ ਦਾ ਪਾਰਸਲ ਬਣਾ ਦਿੱਤਾ। ਹੁਣ ਜਿੱਦਣ 1 ਏਕੜ ਦਾ ਪਾਰਸਲ ਬਣਿਆ, ਇੱਕ ਸਮਾਰਟ ਡਿਵੈਲਪਰ ਆ ਗਿਆ, ਉਹਨੂੰ ਪਤਾ ਹੁਣ 1 ਏਕੜ ਨੂੰ ਮੈਂ ਕਿੰਨੇ ਮੰਜ਼ਿਲਾਂ 'ਤੇ ਖੜ੍ਹਨਾ ਅਤੇ ਕਿੰਨਾ ਪੈਸਾ ਹੈ। ਸੋ ਦੈਟਸ ਹਾਊ ਦੇ ਆਰ ਡੂਇੰਗ ਇਟ, ਇਟਸ ਅ ਵੈਰੀ ਸਮਾਰਟ ਥਿੰਗ, ਬਟ ਅਗੇਨ ਇਹ ਜਿਹੜੇ ਹੁਣ ਇਹ ਪੈਟਰਨ ਨਹੀਂ ਬਣ ਸਕਦਾ, ਪਰ ਹੁਣ ਗਵਰਨਮੈਂਟ ਨੂੰ ਪਤਾ ਲੱਗ ਗਿਆ ਇਹਨਾਂ ਗੱਲਾਂ ਦਾ ਕਿ ਕੀ ਹੋ ਕੀ ਰਿਹਾ ਹੈ, ਕਿਉਂਕਿ ਇੱਕ ਪਾਰਸਲ ਨਹੀਂ ਹੈ, ਉਹ 10 ਪਾਰਸਲਾਂ ਦਾ 1 ਪਾਰਸਲ ਬਣਿਆ। ਸੋ ਥਿੰਗਸ ਆਰ ਹੈਪਨਿੰਗ, ਕਿਉਂਕਿ ਹੁਣ ਬੇਸਿਕਲੀ ਜਿਹੜਾ ਮੈਂ ਕਹਾਂਗਾ ਵੈਨਕੂਵਰ ਕੋਰ ਹੈ, ਕਿਉਂਕਿ ਇੱਥੇ ਜ਼ਮੀਨ ਹੈ ਨਹੀਂ, ਹੁਣ ਅਸੀਂ ਜ਼ਮੀਨ ਨੂੰ ਪਲਟ ਰਹੇ ਹਾਂ, ਯਾਨੀ ਵਧਾ ਰਹੇ ਹਾਂ ਉਸੇ ਨੂੰ, ਕਿੰਨਾ ਕੁ ਅਸੀਂ ਕਰ ਸਕਦੇ ਹਾਂ। ਐਂਡ ਆਫ ਦੀ ਡੇ ਮੈਂ ਸੁਣ ਰਿਹਾ ਸੀਗਾ, ਮੈਨੂੰ ਪਤਾ ਲੱਗਾ ਕਿ ਕਹਿੰਦੇ ਨੇ ਕਿ ਅੱਜ ਤੋਂ 20 ਸਾਲ ਬਾਅਦ ਜਾ ਕੇ ਇਹੋ ਜਿਹੜੀ ਮਿਲੀਅਨ ਡਾਲਰ ਦੀ ਪ੍ਰੋਪਰਟੀ ਹੈ, 2-2, 2-3 ਮਿਲੀਅਨ ਦੀ ਬੇਸ ਵੈਲਿਊ ਹੋ ਜਾਣੀ ਹੈ। ਓਬਵੀਅਸਲੀ ਜੇ ਤਾਂ ਇਕਾਨਮੀ ਸਟਰੋਂਗ ਰਹੀਆਂ ਤਾਂ ਜ਼ਰੂਰ ਹੋਣਗੀਆਂ, ਅਤੇ ਬਹੁਤ ਸਾਰੇ ਅਸੀਂ ਇਹ ਵੀ ਦੇਖਦੇ ਹਾਂ ਕਿ ਚੰਗੇ ਭਲੇ ਵੱਸੇ ਸ਼ਹਿਰ ਜਿਹੜੇ ਹੈ ਉਹ ਬਿਲਕੁਲ ਖੰਡਰ ਬਣ ਜਾਂਦੇ ਨੇ। ਡੈਟਰਡ ਵਰਗੇ ਸ਼ਹਿਰ ਅੱਜ ਵੀ ਜਿੱਥੇ ਕਿ ਕਿਤੇ ਹਲਚਲ ਕਿੰਨੀ ਹੋਇਆ ਕਰਦੀ ਸੀ, ਅੱਜ ਬਿਲਕੁਲ ਡੈਡ ਪਏ ਹੋਏ ਨੇ। ਐਬਸੋਲਿਊਟਲੀ। ਸੋ ਅਗੇਨ ਉਹੀ ਤੁਹਾਡੀ ਗੱਲ ਆ ਗਈ ਕਿ ਜਾਂਦੇ ਜਾਂਦੇ ਜਿਹੜਾ ਤੁਸੀਂ ਟਿਪ ਦਿਆ ਕਰਦੇ ਹੋ ਕਿ ਡੋਂਟ ਬੀ ਗ੍ਰੀਡੀ, ਐਂਡ ਜਿੰਨੇ ਤੁਹਾਡੇ ਪੈਰ ਫਸਾ ਸਕਦੇ ਉਨੇ ਹੀ ਫਲਾਓ। ਐਬਸੋਲਿਊਟਲੀ। ਔਰ ਮੋਰਓਵਰ ਬੀ ਅਗਰੈਸਿਵ, ਬੀ ਪੋਜ਼ਿਟਿਵ। ਪਰ ਪੋਜ਼ਿਟਿਵ ਦਾ ਮਤਲਬ ਹੁੰਦਾ ਹੈ ਜੇ ਆਪਾਂ ਡ੍ਰੀਮ ਨਹੀਂ ਕਰਾਂਗੇ ਤਾਂ ਅਚੀਵ ਵੀ ਨਹੀਂ ਕਰਾਂਗੇ। ਰਾਈਟ। ਪਰ ਡ੍ਰੀਮ ਉਹਨਾਂ ਕਰੀਏ ਜਿੰਨਾ ਕੁ ਅਸੀਂ ਅਚੀਵ ਕਰ ਸਕਦੇ ਹਾਂ, ਯਾਨੀ ਸਾਡੇ ਕੰਟਰੋਲ 'ਚ ਹੈ। ਕੰਟਰੋਲ 'ਚ ਹੈ। ਰਾਈਟ। ਅਤੇ ਜੇ ਅਸੀਂ ਇਹ ਸੋਚੀਏ ਕਿ ਮੈਂ ਕੱਲ੍ਹ ਹੀ ਇੱਕਦਮ 10 ਬਿਲੀਅਨ ਜਾਂ 10 ਬਿਲੀਅਨ ਡਾਲਰ ਦਾ ਬੰਦਾ ਬਣ ਜਾਣਾ, ਨੋ, ਲੈਟਸ ਟੇਕ ਸਮਾਲ ਸਟੈਪਸ, ਬੀ ਸਮਾਰਟ, ਵੀ ਆਰ ਆਲ ਸਮਾਰਟ, ਬਟ ਕੀਪ ਇਨ ਮਾਇੰਡ, ਜ਼ਰੂਰ ਕਿਸੇ ਨਾਲ ਸਲਾਹ ਕਰ ਲਓ ਜੇ ਤੁਹਾਨੂੰ ਨਾ ਸਮਝ ਆਵੇ, ਕਿਉਂਕਿ ਇਕੱਲੀ ਜਿਹੜੀ ਸਲਾਹ ਹੁੰਦੀ ਹੈ, ਸਿਆਣੇ ਕਹਿੰਦੇ ਨੇ ਕੰਧ ਨੂੰ ਵੀ ਸਲਾਹ ਕਰ ਲਈਦੀ ਹੈ। ਮਕਸਦ ਸਿਰਫ ਇਹ ਹੈ, ਐਸ ਸੰਬਡੀ, ਇਫ ਯੂ ਡੋਂਟ ਅੰਡਰਸਟੈਂਡ, ਪੁੱਛਣ 'ਚ ਕੋਈ ਹਰਜ ਨਹੀਂ ਹੈ। ਆਈ ਥਿੰਕ ਦੈਟ ਕੁਡ ਬੀ ਅ ਬੈਟਰ ਥਿੰਗ ਫੋਰ ਯੂ। ਵੰਡਰਫੁਲ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ। ਥੈਂਕਸ ਫੋਰ ਹੈਵਿੰਗ ਮੀ।